ਨਜ਼ਰ ਆਤੀ ਥੀ ਦੇਖ। ਅੱਛਾ ਸਟੇਸ਼ਨ ਇਧਰ ਥਾ। ਠੀਕ ਹੈ, ਇਹ ਪਿੰਡ ਦਾ ਕੀ ਨਾਮ ਦੱਸਿਆ? ਗਮੰਡਪੁਰ। ਗਮੰਡਪੁਰ, ਠੀਕ ਹੈ ਜੀ। ਇਹ ਬਹਾਵਲਪੁਰ ਚ ਸੀ? ਬਹਾਵਲਪੁਰ ਜਾਣ। ਠੀਕ ਹੈ ਜੀ, ਤੁਸੀਂ ਸਾਰਾ ਨਕਸ਼ਾ ਬਣਾਇਆ ਹੈ? ਨਕਸ਼ਾ ਯਾਦ ਆ ਜਾ, ਮੈਨੂੰ ਹੋਸ਼ ਹੈ ਪੂਰੀ ਕਹਿਣਾ। ਠੀਕ ਹੈ ਜੀ, ਹਾਂਜੀ ਠੀਕ ਹੈ। ਇਹ ਆ ਜੀ ਗਮੰਡਪੁਰ, ਔਰ ਇਹ ਨਾਲ ਨਾਲ ਕਿਹੜੇ ਪਿੰਡ ਸੀਗੇ? ਗਮੰਡਪੁਰ ਦਾ ਮਿੰਚਰਾਬਾਦ ਸੀਗਾ। ਅੱਛਾ ਜੀ, ਹਾਂਜੀ ਮਿੰਚਰਾਬਾਦ, ਬਹਾਵਲਪੁਰ ਜੀ, ਇਹ ਬਹਾਵਲਪੁਰ ਹੈ ਨਾ? ਅੱਛਾ ਜੀ, ਬਹਾਵਲਪੁਰ ਚ ਆਉਂਦਾ ਸੀ, ਬਹਾਵਲਪੁਰ ਰਿਆਸਤਾਂ ਸੀਗੀਆਂ ਸਾਰੀਆਂ। ਜੀ ਜੀ, ਬਹਾਵਲਪੁਰ ਰਿਆਸਤ ਆ। ਹਾਂਜੀ ਠੀਕ, ਬਾਕੀ ਇੱਧਰ ਆਓ ਤਾਂ ਫਾਜ਼ਿਲਕਾ ਆਉਂਦਾ। ਠੀਕ, ਬਾਕੀ ਜ਼ਿਆਦਾ ਮੈਨੂੰ ਉਸ ਬਾਰੇ ਨਹੀਂ ਪਤਾ ਇੰਨਾ ਜੀ, ਲੇਕਿਨ ਨਕਸ਼ਾ ਅਜੇ ਮੈਂ ਪਛਾਣ ਸਕਦਾ। ਠੀਕ ਹੈ ਜੀ, ਚਲੋ। ਇਹ ਬਾਪੂ ਜੀ ਨੇ ਨਕਸ਼ਾ ਬਣਾਇਆ ਜੀ ਪਿੰਡ ਦਾ, ਇਹ ਤਾਂ ਸਾਨੂੰ ਦੱਸੋਗੇ ਕਿੱਦਾਂ ਕਿੱਦਾਂ ਸੀ? ਬਾਪੂ ਜੀ ਸਾਨੂੰ ਦੱਸੋ, ਪਿੰਡ ਦਾ ਨਾਂ ਸਾਡਾ ਘਮੰਡਪੁਰ ਹੈਗਾ, ਇਹ ਬਹਾਵਲਪੁਰ ਚ ਪੈਂਦਾ। ਹਾਂਜੀ, ਇਹਦੇ ਅਸੀਂ ਪਿੰਡ ਦੇ ਪਾਸੇ ਜਾਈਏ, ਆਪਣਾ ਆਪਣਾ ਈਸਟ ਵੈਸਟ ਜੀ, ਤੇ ਵੈਸਟ ਵਾਲੇ ਪਾਸੇ ਜਾਈਏ ਤੇ ਉਹ ਰੇਲਵੇ ਸਟੇਸ਼ਨ ਹੈ, ਘਮੰਡਪੁਰ ਰੇਲਵੇ ਸਟੇਸ਼ਨ ਹੈ। ਔਰ ਵੈਸਟ ਇੱਧਰ ਪਿਛਲੇ ਪਾਸੇ। ਹਾਂਜੀ, ਤੁਸੀਂ ਬਸ ਮੋਟਾ ਮੋਟਾ ਦੱਸ ਦਿਓ ਜਿਹੜਾ ਤੁਸੀਂ ਨਿਸ਼ਾਨੀਆਂ ਲਾਈਆਂ, ਕਿਹੜੇ ਕਿਹੜੀਆਂ ਨਿਸ਼ਾਨੀਆਂ ਜੀ, ਕਿੱਧਰ ਕਿੱਧਰ? ਇਹਦੇ ਚ ਨਿਸ਼ਾਨੀਆਂ ਹੈਗੀਆਂ ਜੀ ਕਿ ਕਾਲੂ ਜਿੱਥੇ ਰਾਤ ਰੁਕ, ਤਿੰਨ ਰਾਤਾਂ ਰੁਕੀਆਂ, ਉਹਨਾਂ ਦਾ ਘਰ ਹੈਗਾ ਜੀ, ਤੇ ਜਿਨ੍ਹਾਂ ਨੇ ਸਾਨੂੰ ਆਪਣਾ ਜੰਗੀਰ ਨਾਈ ਨੇ ਸਾਨੂੰ, ਜਿਹੜਾ ਵਿਚਾਰਾ ਜਿਹੜਾ ਸੀਗਾ ਸਾਡੇ ਪਿੰਡ ਦਾ, ਜਿਨ੍ਹਾਂ ਨੇ ਸਾਨੂੰ ਕੱਢਣ ਦੀ ਮਦਦ ਕੀਤੀ। ਅੱਛਾ ਜੀ, ਤੇ ਰਹਿਮਤ ਅਲੀ ਜਿਹੜੇ ਉਸ ਟੱਕੀ ਦੇ ਉਹ ਸੀਗੇ, ਮਿਸਤਰੀ ਸੀਗੇ, ਉਹਨਾਂ ਨੇ ਸਾਨੂੰ ਉੱਥੋਂ ਕੱਢਿਆ, ਰਹਿਮਤ ਅਲੀ। ਆਹ ਨੰਬਰਦਾਰ ਦੀ ਹਵੇਲੀ ਸੀ ਇੱਥੇ? ਹਾਂ, ਨੰਬਰਦਾਰ ਦੀ ਹਵੇਲੀ ਸੀਗੀ ਇੱਥੇ, ਐਵੇਂ ਅਸੀਂ ਨਕਸ਼ਾ ਤੇ ਹੈ ਜੀ ਜੀ। ਤੇ ਰਹਿਮਤ ਅਲੀ ਜਿਹੜਾ ਸੀਗਾ ਜੀ, ਉਹ ਪਿੰਡ ਦੇ ਕਿਨਾਰੇ ਇੱਕ ਆਪਣਾ ਚੱਕੀ, ਆਟਾ ਪੀਸਣ ਚੱਕੀ ਸੀਗੀ, ਵੱਡੇ ਇੰਜਨ ਹੁੰਦੇ ਸੀ ਉਸ ਟਾਈਮ ਜੀ ਜੀ। ਤੇ ਸਾਡੇ ਘਰ ਦੇ ਕੋਲ ਗੁਰਦੁਆਰਾ ਸੀ, ਤੇ ਨਾਲੇ ਗੁਰਦੁਆਰੇ ਚ ਸਕੂਲ ਦੇ ਬੱਚੇ ਪੜ੍ਹਦੇ ਸੀ, ਉੱਥੇ ਹਿੰਦੂ ਮੁਸਲਮਾਨ ਦਾ ਕੋਈ ਫਰਕ ਨਹੀਂ ਸੀਗਾ। ਇੱਧਰ ਕਾਲੂ ਦਾ ਘਰ ਹੈ ਜੀ? ਕਾਲੂ ਦਾ ਘਰ ਜਿੱਥੇ ਤਿੰਨ ਰਾਤਾਂ ਕੱਟੀਆਂ ਜਾ ਕੇ, ਰਜਵਾਹ ਚੱਲਦਾ ਹੁੰਦਾ ਸੀ। ਪਹਿਲੇ ਰਜਵਾਹ ਪਾਣੀ ਪੈਂਦਾ ਰਹਿੰਦਾ ਸੀ, ਅਸੀਂ ਸਾਡੇ ਜਿਹੜੇ ਨਾਨਕੇ ਜਿਹੜੇ ਸੀਗੇ ਉਹ ਕੱਪੜੇ ਉੱਥੇ ਜਾ ਕੇ ਧੋਂਦੇ ਸੀ। ਖੂਹ ਹੈ, ਇੱਥੇ ਖੂਹ ਸੀਗਾ, ਤੇ ਉਹ ਖੂਹ ਦੇ ਨਾਲ ਹੀ ਉਹਨਾਂ ਦੇ ਅਪੋਜ਼ਿਟ ਸੀਗਾ ਨਾ ਆਪਣਾ ਬਾਗ ਸੀਗਾ, ਕਿਆ ਨਾਮ ਹੈ ਜਿਹੜਾ ਤੁਸੀਂ ਦੱਸਦੇ, ਜਿੱਥੇ ਸਾਡੇ ਨਾਨਾ ਜੀ ਦੀ ਨਾਨਾ ਜੀ ਸਮਾਧੀ, ਉਸ ਬਾਗ ਚ ਸਮਾਧੀ ਬਣੀ ਹੋਈ ਉਹਨਾਂ ਦੀ। ਠੀਕ ਹੈ ਜੀ, ਤਾਂ ਆਹ ਗੁਰਦੁਆਰਾ ਸੀਗਾ ਜੀ? ਇਹ ਗੁਰਦੁਆਰਾ ਸੀ, ਇਸ ਵਿੱਚ ਸਕੂਲ ਸੀਗਾ, ਪੜ੍ਹਾਉਂਦੇ ਸੀਗੇ ਸਾਡੇ ਗੁਰਦੁਆਰਾ ਦਾ ਜਿਹੜਾ ਮਾਸਟਰ ਸੀਗਾ ਉਹਨਾਂ ਨੂੰ ਗੋਪਾਲ ਦਾਸ ਜੀ ਸੀਗਾ। ਆਹ ਚੱਕੀ ਖਰਾਸ ਵਾਲੀ? ਹਾਂ, ਚੱਕੀ ਖਰਾਸ ਵਾਲੀ ਸੀਗੀ, ਰਹਿਮਤ ਅਲੀ ਮਿਸਤਰੀ ਸੀ ਉੱਥੇ, ਜਿਹਨੇ ਕੱਢਣ ਚ ਮਦਦ ਕੀਤੀ। ਉਹਦੇ ਬਿਲਕੁਲ ਸਾਹਮਣੇ ਸਾਡਾ ਘਰ, ਉਹਦੇ ਬਿਲਕੁਲ ਦੂਸਰੀ ਸਾਈਡ ਤੇ ਸਾਡਾ ਘਰ ਸੀਗਾ, ਕਹਿੰਦਾ, ਔਰ ਕਾਫੀ ਵੱਡਾ ਘਰ ਸੀ, ਸਾਡੇ ਕੋਲ 8-10 ਪਸ਼ੂ ਵੀ ਸੀਗੇ। ਠੀਕ ਹੈ, ਚਲੋ ਬਹੁਤ ਬਹੁਤ ਸ਼ੁਕਰੀਆ। ਤਾਂ ਬਾਪੂ ਜੀ ਨੇ ਜਿੰਨੀ ਕੁ ਯਾਦ ਸੀ ਬਾਪੂ ਜੀ ਨੇ ਉਸ ਹਿਸਾਬ ਨਾਲ ਪਿੰਡ ਦਾ ਨਕਸ਼ਾ ਬਣਾਇਆ, ਹਰ ਬੰਦੇ ਦਾ ਘਰ ਵੀ ਦੱਸਿਆ ਆ ਕਿ ਕਾਲੂ ਦਾ ਘਰ ਕਿੱਥੇ ਸੀ, ਜੰਗੀਰ ਦਾ ਕਿੱਥੇ, ਨਾਈ ਦਾ ਘਰ ਕਿੱਥੇ ਸੀਗਾ, ਨਾਈ ਦਾ ਘਰ ਕਿੱਥੇ ਸੀ। ਠੀਕ ਹੈ ਜੀ, ਚਲੋ ਬਹੁਤ ਬਹੁਤ ਸ਼ੁਕਰੀਆ ਜੀ। ਠੀਕ ਹੈ ਜੀ।